ਦੋਸਤੋ ਮੈਂ ਸੰਗਰੂਰ ਦੇ ਵਿੱਚ ਮੌਜੂਦ ਹਾਂ ਸੰਗਰੂਰ ਦੇ ਵਿੱਚ ਉਹ ਗੁਰਾਹ ਜਥੇਬੰਦੀ ਦੇ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰ ਘੇਰ ਲਿਆ ਤਕਰੀਬਨ ਸੰਗਰੂਰ ਵਾਲਾ ਵੱਡਾ ਰੋਡ ਜਾਮ ਕਰਤਾ ਸਾਡੇ ਨਾਲ ਗੁਰਾਹ ਜਥੇਬੰਦੀ ਦੇ ਕਿਸਾਨ ਨੇ ਜੋ ਆਪਣੀਆਂ ਤਿਆਰੀਆਂ ਕਰ ਰਹੇ ਨੇ ਦੁਪਹਿਰ ਦੀਆਂ ਸਬਜ਼ੀਆਂ ਛਿੱਲ ਰਹੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਫਿਰ ਦੁਪਹਿਰ ਦੀ ਤਿਆਰੀ ਕਰ ਰਹੇ ਹੋ ਹੈ ਹਾਂ ਜੀ ਹਾਂ ਜੀ ਰੋਟੀ ਦੀ ਈ ਮੰਗਲੋ ਵੀ ਲੋਡ ਕੀ ਪੈ ਗਈ ਸਰਕਾਰ ਕਹਿੰਦੀ ਅਸੀਂ ਤਾਂ ਕਿਸਾਨਾਂ ਦੇ ਨਾਲ ਆ ਤੇ ਕਿਸਾਨ ਧਰਨਾ ਲਾ ਰਹੇ ਨੇ ਸਰਕਾਰ ਦੇ ਵਿਰੁੱਧ ਹਾਂਜੀ ਨਾਲ ਨਿਕਣਾ ਲਾਰੇ ਲਾ ਦਿੰਦੇ ਆ ਮੁੜ ਕੇ ਉਹ ਮੰਗਾਂ ਪੂਰੀਆਂ ਨਹੀਂ ਕਰਦੇ ਹੁਣ ਯੂਨੀਅਨ ਵਾਲਿਆਂ ਉਹ ਇਹ ਆ ਵੀ ਜਨਾਚਰ ਮੰਗਾਂ ਲਾਗੂ ਨਹੀਂ ਕਰਦੇ ਉਹਨਾਂ ਚਰਤਨਾ ਨਹੀਂ ਚੱਕਿਆ ਜਾਣਾ ਤੇ ਆ ਤੁਸੀਂ ਕਾਦੀ ਸਬਜ਼ੀ ਬਣਾ ਰਹੇ ਹੋ ਅਸੀਂ ਆਲੂ ਬਣਾ ਰਹੇ ਹਾਂ ਜੀ ਹਾਂ ਹਾਂਜੀ ਹਾਂਜੀ ਥੱਲੇ ਆਲੂ ਹਾਂਜੀ ਹੋਰ ਨਹੀਂ ਕੁਝ ਬਣਾ ਰਿਹਾ ਆਲੂ ਨਾਲ ਬਾਈ ਜੀ ਕੱਲ ਬਣਾਏ ਸੀਗੇ ਕਦੂ ਬਣਾਏ ਸੀ ਅੱਜ ਆਲੂ ਬਣਾ ਰਹੇ ਆ ਉਹ ਫਿਰ ਬੀਬੀਆਂ ਕਹਿੰਦੀ ਹੁਣ ਇਹ ਘਰੇ ਤਾਂ ਕੰਮ ਨਹੀਂ ਕਰਦੇ ਤੇ ਇੱਥੇ ਸਬਜ਼ੀਆਂ ਬਣਾ ਰਹੇ ਨੇ ਨਹੀਂ ਜੀ ਅਸੀਂ ਤਾਂ ਘਰੇ ਵੀ ਕਰਦੇ ਆ ਸਾਡੇ ਹੱਥ ਨਹੀਂ ਬਟਾਉਂਦੇ ਨਹੀਂ ਨਹੀਂ ਘਰੇ ਮੇਰੀ ਤਾਂ ਆ ਹੀ ਡਿਊਟੀ ਹੁੰਦੀ ਘਰੇ ਵੀ ਹਾਂਜੀ ਹਾਂਜੀ ਤੇ ਪਰ ਘਰੇ ਤੁਸੀਂ ਆ ਡਿਊਟੀ ਕਦੋਂ ਕਦੋਂ ਸੰਭੀ ਉਹ ਜਿਉਂ ਬੱਚੇ ਆਏਗੇ ਉਹਦੀ ਸੰਭੀ ਵੀ ਆ ਜਦੋਂ ਛੋਟੇ ਹੁੰਦੇ ਸੀ ਦਾਲ ਸਬਜ਼ੀ ਕੱਟ ਵੀ ਲੈਣੀ ਤੇ ਬਣਾ ਵੀ ਲੈਣੀ ਤੇ ਘਰੇ ਫਿਰ ਬੇਬੇ ਹੁਣ ਨਹੀਂ ਬਣਾਉਂਦੇ ਤੁਸੀਂ ਬਣਾਉਂਦੇ ਹੋ ਵਿਆਹ ਤੋਂ ਬਾਅਦ ਰਈਓ ਸਾਡੇ ਫਿਰ ਪਸੂ ਪਸੂ ਜ਼ਿਆਦੇ ਰੱਖੇ ਸੀ ਉਧਰ ਡਿਊਟੀ ਦਿੰਦੇ ਆ ਧਾਰਾ ਧੁਰਾਂ ਦੀ ਉਹ ਮਿਲ-ਜੁਲ ਕੇ ਕੰਮ ਕਰਦੇ ਹੋ ਸਾਰਾ ਕਰਦੇ ਹਾਂ ਜੀ ਮਿਲ ਕੇ ਕਰਦੇ ਹਾਂ ਜੀ ਠੀਕ ਹੈ ਤੇ ਐਕਸਪੀਰੀਅੰਸ ਵਰ ਤਾਂ ਕਾਫੀ ਹੋ ਗਿਆ ਹਾਂਜੀ ਹਾਂਜੀ ਬਹੁਤ ਹੋ ਗਿਆ ਬਣਾ ਵੀ ਲਈਦੀ ਆ ਬਾਕੀ ਦਿੱਲੀ ਧਰਨੇ ਨੇ ਸਭ ਕੁਝ ਸਿਖਾਤਾ ਜਾਂਦੀ ਦਿੱਲੀ ਧਰਨੇ ਨੇ ਪ੍ਰੈਕਟਿਸ ਕਰਵਾਦੀ ਪ੍ਰੈਕਟਿਸ ਕਰਾਦੀ ਹਾਂਜੀ ਤੇ ਸਾਰੇ ਇੱਕੋ ਪਿੰਡ ਦੇ ਹਾਂਜੀ ਸਾਰੇ ਇੱਕੋ ਪਿੰਡ ਦੇ ਪਿੰਡ ਜੀ ਮੋਗੇ ਕੋਲੇ ਡਾਲਾ ਡਾਲਾ ਹਾਂਜੀ ਇੱਥੇ ਧਰਨੇ ਦੇ ਕਦੋਂ ਆਏ ਸੀ ਅਸੀਂ ਆਏ 9 ਤਰੀਕ ਨੂੰ ਨੌਂ ਤਰੀਕ ਨੂੰ ਹਾਂ ਜੀ ਜਦੋਂ ਇਹ ਧਰਨਾ ਸ਼ੁਰੂ ਹੋਇਆ ਸੀ ਧਰਨਾ ਸ਼ੁਰੂ ਹੈ ਤੇ ਸਰਕਾਰ ਨੂੰ ਫਿਰ ਕਿਸ ਤੁਸੀਂ ਐਂਗਲ ਤੋਂ ਦੇਖਦੇ ਹੋ ਕਿਉਂਕਿ ਸਰਕਾਰ ਇਹ ਗੱਲ ਸਰਕਾਰ ਦੀ ਰਹੀ ਹੈ ਕਿ ਅਸੀਂ ਤਾਂ ਜਿਹੜੇ ਲੋਕ ਧਰਨੇ ਲਾਉਂਦੇ ਸੀ ਸਰਕਾਰਾਂ ਦੇ ਵਿਰੁੱਧ ਅਸੀਂ ਧਰਨਾ ਲਾਉਣ ਵਾਲਿਆਂ ਦੇ ਵਿੱਚੋਂ ਹੀ ਉਹਨਾਂ ਦੇ ਧੀਆਂ ਪੋਤੇ ਉਹ ਤਾਂ ਜੀ ਠੱਗੀ ਵਜੀ ਆ ਲੋਕਾਂ ਦਾ ਦੂਜੀਆਂ ਪਾਰਟੀਆਂ ਤੋਂ ਅੱਕੇ ਹੋਏ ਸੀ ਲੋਕ ਤੇ ਉਹਨਾਂ ਨੇ ਕਿਹਾ ਬਦਲਾਊਗਾ ਬਦਲ ਸਾਨੂੰ ਦਿਸੀ ਜਾਂਦਾ ਕਿ ਉਹ ਜਾ ਗਿਆ ਹਾਂ ਲੋਕਾਂ ਦਾ ਠੱਗੀ ਹੋਈ ਐ ਠੱਗੀ ਤੁਹਾਨੂੰ ਕਿਉਂ ਲੱਗਦਾ ਕਿ ਠੱਗੀ ਵਜਈ ਐ ਇਹ ਉਹੀ ਜਿਹੜੇ ਜੇ ਲਾਰੇ ਉਹ ਲਾਈ ਜਾਂਦੇ ਜੀ ਉਹੀ ਇਹ ਇਹ ਲਾਈ ਜਾਂਦੇ ਆ ਕਹਿੰਦੇ ਵੀ ਸਮਾਂ ਵੀ ਸਾਡੇ ਕੋਲ ਥੋੜਾ ਵੀ ਸਾਨੂੰ ਸੱਤ ਕਿਉਂ ਨਹੀਂ ਸਮਾਂ ਸਾਡੀ ਯੂਨੀਅਨ ਨੇ 6 ਮਹੀਨੇ ਦਿੱਤੇ ਗਏ ਸੀ ਇਹਨਾਂ ਨੂੰ ਵੀ 6 ਮਹੀਨਿਆਂ ਤੋਂ ਬਾਅਦ ਸਾਡੇ ਵਿਰੁੱਧ ਧਰਨੇ ਮਜਾਰੇ ਕਰਾਂਗੇ ਕਹਿੰਦੇ ਸਾਡੇ ਕੋਲ ਪੈਸਾ ਹੀ ਕੋਈ ਨਹੀਂ ਹੈਗਾ ਪੈਸੇ ਕਹਿੰਦੇ ਕੱਲ ਹੀ ਕਾੰਮ ਦੇ ਸੀ ਜਾਣਗੇ ਤੇ ਖਾਲੀ ਖਜ਼ਾਨੇ ਸਾਡੇ ਬੱਲੇ ਪੈ ਗਏ ਇਹ ਤਾਂ ਕਹਿੰਦੇ ਜੀ ਰੇਤੇ ਚੋਂ ਹੀ ਬਹੁਤ ਕਮਾ ਲੈਣੇ ਆ ਹਾਂ ਕਮੌੜਾ ਕੀ ਆ ਸ਼ਰਾਬ ਚ ਬਹੁਤ ਕਮਾ ਲਨੇ ਆ ਇਹ ਤਾਂ ਹੋਰ ਚੜਾਈ ਜਾਂਦੇ ਆ ਲੈ ਕੇ ਜਾ ਆ ਜੋ ਗੁਜਰਾਤ ਚ ਤੁਰੇ ਫਿਰਦੇ ਆ ਉਹਦਾ ਸਾਡੇ ਸਰ ਹੋਰ ਕਰ ਯਾਤਰਾ ਚ ਚੜਾਈ ਜਾਂਦੇ ਆ ਉਹ ਤਾਂ ਫਿਰ ਇੱਕੇ ਵੀ ਗੱਲ ਹੈ ਤੁਸੀਂ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠੇ ਹੋ ਤੁਹਾਡੇ ਨਾਲ ਗੱਲਬਾਤ ਕਰਨ ਵਾਲਾ ਤਾਂ ਕੋਈ ਹੈ ਨਹੀਂ ਕਿਉਂਕਿ ਸਾਰੇ ਐਮਐਲਏ ਸਾਰੇ ਕੈਬਨਿਟ ਦਾ ਗੁਜਰਾਤ ਦੇ ਵਿੱਚ ਹੈ ਹਾਂਜੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ 7 ਤਰੀਕ ਦੀ ਯੂਨੀਅਨ ਦੀ ਹਾਂਜੀ ਬੇਸਟਾ ਰਹੀ ਹੈ ਬਸ ਤਾਈਓ ਦਾ ਹੀ ਬੈਠੇ ਆ ਵੀ ਮੰਗਾ ਮਨਾ ਕੇ ਜਾਣਾ ਉੱਥੇ ਸਾਲ 13 ਮਹੀਨੇ ਬੈਠੇ ਰਹੇ ਆ ਇੱਥੇ ਬਹਿ ਜਾਗੇ ਕੋਈ ਗੱਲ ਨਹੀਂ ਵਰਨੋ ਤੁਹਾਨੂੰ ਕੀ ਲੱਗਦਾ ਤੁਮ ਆਪ ਫੈਸਲੇ ਲੈ ਰਹੇ ਜਾਂ ਕੋਈ ਦਿੱਲੀ ਤੋਂ ਨਹੀਂ 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 ਇਹ ਤਾਂ 40 ਦਿੱਲੀ ਤੋਂ ਰਿਹਾ ਜੀ ਇਹ ਮੈਂ ਆਪ ਵਿੱਚ ਰਿਹਾ ਇਹਨਾਂ ਦੇ ਮੈਂ ਆਪ 2-3 ਸਾਲ ਰਿਹਾ ਇਹਨਾਂ ਚ ਇਹ ਤਾਂ 40 ਦਿੱਲੀ ਚ ਰਿਹਾ ਠੱਗਾ ਸਾਰੇ ਕੱਟੇ ਹੋਏ ਕਿਵੇਂ ਪਤਾ ਲੱਗਿਆ ਕਿ ਦਿੱਲੀ ਤੋਂ ਚੱਲ ਰਹੇ ਨੇ ਉਹ ਤਾਂ ਪਤਾ ਹੀ ਆ ਜਿਹੜਾ ਕੋਈ ਕੋਈ ਵੀ ਫੈਲਾ ਲੈਣਾ ਦਿੱਲੀ ਵਾਲੇ ਆ ਕੇ ਲੈਂਦੇ ਆ ਉਹ ਕੀ ਕੀ ਦਰੇਸ਼ ਚੜਾ ਹੋ ਕੀ ਉਹ ਰਾਗਵ ਚੜਾ ਹਾਂ ਉਹ ਕਾਸਤ ਸਾਰੀ ਕਮਾਂਡ ਨੂੰ ਫਰੋ ਪੀ ਵੀ ਆ ਉਹ ਜਦੋਂ ਵੋਟਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਐਮਐਲਏ ਤੇ ਮੁੱਖ ਮੰਤਰੀ ਨੂੰ ਪਾਈਆਂ ਪਰ ਤੁਹਾਨੂੰ ਲੱਗਦਾ ਕਿ ਕਿਉਂ ਹੈ ਵੀ ਜਿਹੜੀ ਸਾਰੀ ਕਮਾਂਡ ਹੈ ਉਹ ਰਾਗਵ ਚੱਡਾ ਦੇ ਹੱਥ ਜਾਂ ਕੇਜਰੀਵਾਲ ਦੇ ਹੱਥ ਚ ਹੈ ਪਤਾ ਹੀ ਆ ਜੀ ਫੈਸਲੇ ਜਿਹੜੇ ਪੰਜਾਬ ਦੇ ਐਮਐਲਏ ਉਹਨਾਂ ਨੂੰ ਉੱਥੇ ਸੱਦ ਲੈਂਦੇ ਆ ਹੋਰ ਜਿਹੜੀ ਲੀਡਰਸ਼ਿਪ ਪਰ ਸਾਰੀ ਨੂੰ ਉੱਥੇ ਸੱਦ ਲੈਂਦੇ ਆ ਸੱਦ ਕੇ ਤੇ ਉਹ ਸਾਰਾ ਪਤਾ ਹੀ ਨਹੀਂ ਇੱਥੋਂ ਵੀ ਉਹ ਘਰਲੇ ਸਾਰੇ ਉਹਦੇ ਉਹੀ ਚਲਾਉਂਦਾ ਉਹ ਇਹ ਮਾਲਵਾ ਏਰੀਆ ਕਾਫੀ ਪ੍ਰਭਾਵਿਤ ਰਿਹਾ ਸ਼ੁਰੂ ਤੋਂ ਹੀ ਮੰਨ ਲਓ ਵੀ ਨਰਮਾ ਪੱਟੀ ਹੈ ਜਿਹੜੀ ਨਰਮੀ ਪੱਟੇ ਦੇ ਵਿੱਚ ਵੀ ਵੱਡੇ ਨੁਕਸਾਨ ਹੁੰਦੇ ਰਹੇ ਨੇ ਉਸ ਤੋਂ ਇਲਾਵਾ ਝੋਨੇ ਦਾ ਇਸ ਵਾਰ ਕਾਫੀ ਇੱਥੇ ਨੁਕਸਾਨ ਖਾਸਾ ਨੁਕਸਾਨ ਹੋ ਗਿਆ ਕਿੰਨੇ ਨੇ ਤਾਂ ਚੀਨੀ ਵਾਇਰਸ ਕਰਕੇ ਝੋਨਾ ਬਾਣਾ ਵੀ ਪੈ ਗਿਆ ਤੇ ਜੇਕਰ ਸਮੇ ਸਮੇਤੇ ਸਰਕਾਰਾਂ ਹੱਲ ਨਹੀਂ ਕਰਦੀਆਂ ਹੈਗੀਆਂ ਜਿਵੇਂ ਨਰਮੇ ਦੀ ਆਪਾਂ ਗੱਲ ਕਰਦੇ ਆ ਨਰਮੇ ਦਾ ਹਰ ਵਾਰੀ ਭਾਵੇਂ ਗੁਲਾਬੀ ਸੰਡੀ ਹੋਵੇ ਜਾਂ ਚਿੱਟੀ ਸੰਡੀ ਹੋਵੇ ਉਸ ਕਰਕੇ ਨੁਕਸਾਨ ਹੁੰਦਾ ਤੇ ਤੁਸੀਂ ਵੀ ਕਹਿੰਦੇ ਹੋ ਕਿ ਸਰਕਾਰਾਂ ਸਾਡੀ ਬਾਹ ਨਹੀਂ ਫੜਦੀਆਂ ਹੈਗੀਆਂ ਹਰ ਵਾਰ ਅਸੀਂ ਠੇਕੇ ਤੇ 40 40000 ਨੂੰ ਏਕੜ ਲੈ ਕੇ ਨਰਮਾ ਕਰਦੇ ਆ ਜਦੋਂ ਆਪਾਂ ਨੂੰ ਪਤਾ ਕਿ ਨੁਕਸਾਨ ਵੀ ਹੁੰਦਾ ਸਰਕਾਰਾਂ ਬਾਹ ਵੀ ਨਹੀਂ ਫੜਦੀਆਂ ਫਿਰ ਆਪਾਂ ਹੀ ਕੋਈ ਬਦਲ ਕਿਉਂ ਨਹੀਂ ਲੱਭਦੇ ਉਸ ਦਾ ਆਪਣੇ ਕੋਲੇ ਕੀ ਬਦਲ ਆ ਜੀ ਕੀ ਬਦਲ ਲੱਭ ਗਏ ਹੁਣ ਆ ਝੋਨੇ ਦੀ ਪਰਾਲੀ ਦਾ ਹੀ ਲੈ ਲਓ ਤੁਸੀਂ ਪਹਿਲਾਂ ਦੇ 2500 ਦੇਵਾਂਗੇ ਉਹ ਚੀਜ਼ ਤੋਂ ਹੀ ਮੁੱਕ ਗਏ ਹੁਣਾਂ ਦੇ ਮਸ਼ੀਨਾਂ ਦੇਵਾਂਗੇ ਮਸ਼ੀਨਾਂ ਕਦੋਂ ਦੇਣੀਆਂ ਇਹ ਤੋਂ ਕਣਕ ਵੀਝੀ ਗਈ ਉਦੋਂ ਦੇਣੀਆਂ ਇਹ ਜਿਵੇਂ ਇੱਥੇ ਠੇਕੇਦਾਰ ਰੇਟ ਕਾਫੀ ਹੈ ਜਦੋਂ ਸੰਗਰੂਰ ਤੋਂ ਆਪਾਂ ਬਠਿੰਡੇ ਵੱਲ ਜਾਂਦੇ ਆ ਕਿ 55 55 60 60000 ਰੁਪਏ ਏਕੜ ਹੈਗਾ ਆਹ ਤੇ ਜਦੋਂ ਆਪਾਂ ਨੂੰ ਪਤਾ ਕਿ ਉਹਦੇ ਵਿੱਚੋਂ ਬਚਦਾ ਕੁਝ ਨਹੀਂ ਤਾਂ ਫਿਰ ਆਪਾਂ 60000 ਨੂੰ ਲੈਣੇ ਕਿਉਂ ਆ ਸਾਡੇ ਕੋਲੇ ਕੋਈ ਕਿੱਤਾ ਹੀ ਹੋ ਰਿਹਾ ਨਹੀਂਗਾ ਜੀ ਹੋਰ ਕੀ ਕਰਗੇ ਨਹੀਂ ਨੁਕਸਾਨ ਤਾਂ ਹੁੰਦਾ ਪਰ ਉਹ ਨੁਕਸਾਨ ਤਾਂ ਭਾਈ ਸਰਕਾਰਾਂ ਕਾਰਨ ਫੇਰ ਨੁਕਸਾਨ ਹੁਣ ਹੋਣਾ ਉਹ ਅਸੀਂ ਤਾਂ ਛੋਣੇ ਵਿੱਚ ਛੋਣੇ ਤੇ پابੰਦੀ ਲੱਗੇ ਅਸੀਂ ਇਹ ਤਾਂ ਖੜਾ ਛੱਡ ਗਏ ਹਨ ਦੂਜੀਆਂ ਫਸਲਾਂ ਦੇ ਰੇਟ ਡੇਢ ਹੋ ਹੁਣ ਮੱਕੀ ਦਾ ਰੇਟ ਦੂਜਾ ਪੀਲੀ ਬੀਰ 700 ਨੂੰ 800 ਨੂੰ ਵਿਕੀ ਆ। ਜਿਵੇਂ ਅਰਵਿੰਦ ਕੇਜਰੀਵਾਲ ਤੁਸੀਂ ਵੀ ਗੁਜਰਾਤ ਦਾ ਜ਼ਿਕਰ ਕੀਤਾ ਕਿ ਸਾਰੀ ਪਾਰਟੀ ਗੁਜਰਾਤ ਦੇ ਵਿੱਚ ਗਈ ਹੋਈ ਹੈ। ਉੱਥੇ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਪੰਜ ਫਸਲਾਂ ਤੇ ਐਮਐਸਪੀ ਦਿੱਤੀ ਹੈ। ਅਰਵਿੰਦ ਕੇਜਰੀਵਾਲ ਕਹਿੰਦੇ ਨੇ ਸਾਡੇ ਮੁੱਖ ਮੰਤਰੀ ਨੇ ਜੋ ਪੰਜਾਬ ਦੇ ਭਗਵੰਤ ਮਾਨ ਅਸੀਂ ਪੰਜ ਫਸਲਾਂ ਤੇ ਐਮਐਸਪੀ ਦਿੱਤੀ ਹੈ। ਦਿੱਤੀ ਹੈ ਪੰਜ ਫਸਲਾਂ ਤੇ ਐਮਐਸਪੀ। ਤੁਸੀਂ ਮੂੰਗੀ ਦੇ ਵੀ ਵੇਖ ਲਓ ਕੀ ਹਾਲ ਕੀਤਾ ਉਹ। ਮੋਗੀ ਖਰੀਦੀ ਆ ਉਹਨਾਂ ਨੇ ਕਹਿੰਦੇ ਜੀ ਦੀ ਘੱਟ ਰੇਟ ਤੇ ਵੀ ਕਿਹ ਹਜ਼ਾਰ ਰੁਪਇਆ ਦੇਵਾਂਗੇ ਕਿਸੇ ਨੂੰ ਨਹੀਂ ਆਇਆ ਹਜੇ ਤਾਈਂ ਉਹ ਐਓ ਜੀਆਂ ਦੂਜੀਆਂ ਪੰਜ ਫਸਲਾਂ ਦਾ ਕਰ ਲੰਗੇ ਉਹ ਹਾਂ ਲੱਗਦਾ ਕਿਉਂ ਆ ਕਿ ਪੰਜਾਬੀਆਂ ਦੇ ਨਾਲ ਤੁਸੀਂ ਗੱਲ ਕੀਤੀ ਕਿ ਠੱਗੀ ਹੋਈ ਆ ਪੰਜਾਬੀਆਂ ਦੇ ਨਾਲ ਹਾਂ ਜੀ ਠੱਗੀ ਹੋਈ ਹੋਈ ਆ ਅਜੇ ਤਾਂ ਲੋਕਾਂ ਨੇ ਉਹ ਸਰਕਾਰਾਂ ਤੋਂ ਅੱਕ ਕੇ ਇਹਨਾਂ ਨੂੰ ਮੂਰੇ ਲਿਆਂਦਾ ਸੀ ਵੀ ਇਹਨਾਂ ਨੂੰ ਵੇਖ ਲਓ ਕੀ ਪਤਾ ਚੰਗੇ ਹੋਣ ਇਹ ਫਰਕ 7 ਮਹੀਨੇ ਤਾਂ ਹੋਏ ਗਏ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਦੂਜੀਆਂ ਸਰਕਾਰਾਂ ਦੇ ਨਾਲ ਉਹ ਫਰਕ ਕੀ ਲੱਗਦਾ ਥੋੜਾ ਬਹੁਤਾ ਫਰਕ ਤਾਂ ਤੁਹਾਨੂੰ ਮਹਿਸੂਸ ਹੁੰਦਾ ਹੋਣਾ ਕਿ ਕੱਲ੍ਹ ਹੀ ਕਾਂਗਰਸੀਆਂ ਨਾਲੋਂ ਅਲੱਗ ਨੇ ਫਰਕ ਤਾਂ ਇਹੀ ਆ ਵੀ ਉਹ ਚਲ ਦੇਸ਼ 'ਚ ਰਹਿੰਦੇ ਸੀ ਇਹ ਵਿਦੇਸ਼ੀ ਤੁਰਿਆ ਰਹਿੰਦਾ ਹੈ ਇਹ ਆ ਫਰਕ ਦੀਦਾ ਸਾਨੂੰ ਤਾਂ ਇਹ ਉਹ ਤਾਂ ਕਹਿੰਦੇ ਵਿਦੇਸ਼ ਗਏ ਸੀ ਹਾਲਾਂਕਿ ਥੋੜੀ ਜਥੇਬੰਦੀ ਜਿਹੜੀ ਹੈਗੀ ਆ ਉਹਨੇ ਡਿਨਾਈ ਕੀਤਾ ਰਿਜੈਕਟ ਕੀਤੀਆਂ ਸਾਰੀਆਂ ਗੱਲਾਂ ਵਿਦੇਸ਼ ਕਹਿੰਦੇ ਗਏ ਸੀ ਅਸੀਂ ਫੈਕਟਰੀਆਂ ਲੈਣ ਅਸੀਂ ਉਦਯੋਗ ਲੈਣ ਗਏ ਸੀ ਤੁਹਾਡੇ ਜਥੇਬੰਦੀ ਕਹਿੰਦੇ ਕਿ ਅਸੀਂ ਤਾਂ ਉਹਨਾਂ ਦੇ ਖਿਲਾਫ ਲੜਾਈ ਲੜ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਬੁਲਾਣ ਗਏ ਹੋ ਇੱਥੇ ਹਾਂ ਉਹਨਾਂ ਖਿਲਾਫ ਲੜਾਈ ਲੜ ਰਹੇ ਹਾਂ ਵੇਖ ਲਓ ਤੁਸੀਂ ਜੀਰੇ ਦੀ ਫੈਕਟਰੀ ਉੱਥੇ ਕਦੋਂ ਦਾ ਧਰਨਾ ਚੱਲਦਾ ਅੱਜ ਮੇਰੇ ਹਿਸਾਬ ਨਾਲ ਤਿੰਨ ਮਹੀਨੇ ਹੋਣ ਵਾਲੇ ਸਰਕਾਰ ਕਹਿੰਦੀ ਹੈ ਜੇਕਰ ਫੈਕਟਰੀਆਂ ਨਹੀਂ ਲੱਗਣਗੀਆਂ ਉਦਯੋਗ ਨਹੀਂ ਹੋਣਗੇ ਤਾਂ ਫਿਰ ਵਿਕਾਸ ਕਿਵੇਂ ਹੋਊਗਾ ਵਿਕਾਸ ਲੋਕਾਂ ਨੂੰ ਮਾਰ ਕੇ ਤਾਂ ਨਹੀਂ ਹੋਣਾਗਾ ਉਹਨਾਂ ਨੂੰ ਪਾਣੀ ਵੀ ਪੀਣਾ ਲੋਕਾਂ ਨੇ ਮਾਰਕੀਟਾਂ ਨੂੰ ਵਿਕਾਸ ਹੋਣਾ ਹੈ ਲੋਕਾਂ ਨੂੰ ਜਿਉਂਦੇ ਰੱਖ ਕੇ ਵਿਕਾਸ ਹੋਣਾ ਹੈ ਪੰਜਾਬ ਚ ਕਿੰਨੀ ਕੈਂਸਰ ਦੀ ਬਿਮਾਰੀ ਆ ਗਈ ਹੈ ਕੀ ਕੁਝ ਹੋ ਗਿਆ ਲੋਕਾਂ ਦੇ ਗੋਡੇ ਦੁਖਦੇ ਆ ਕਿਸੇ ਨੂੰ ਸ਼ੁਕਰ ਹੋਇਆ ਪਿਆ ਨਾ ਕਿੰਨੀਆਂ ਬਿਮਾਰੀਆਂ ਆ ਗਈਆਂ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਫੈਕਟਰੀਆਂ ਲਿਆਉਂਦੀਆਂ ਆ ਇਹ ਜਿਵੇਂ ਉਗਰਾਹਾ ਵੱਡੀ ਜਥੇਬੰਦੀ ਹੈ ਲੋਕ ਸਪੋਰਟ ਵੀ ਕਰਦੇ ਨੇ ਵਿਦੇਸ਼ਾਂ ਤੋਂ ਬੜੀ ਸਪੋਰਟ ਹੈ ਹੰਗਾਰਾ ਮਿਲਦਾ ਹਾਂ ਪੱਖੀ ਜਥੇਵੰਦੀ ਦਾ ਇਹ ਫੈਸਲਾ ਕਿਉਂ ਨਹੀਂ ਹੁੰਦਾ ਮੰਨ ਲਓ ਤੁਸੀਂ ਕਹਿੰਦੇ ਕਿ ਅਸੀਂ ਇਹ ਵੀ ਦੇਖ ਲੇ ਆਮ ਆਦਮੀ ਪਾਰਟੀ ਵਾਲੇ ਦੇਖ ਲੇ ਤੁਹਾਡੇ ਕਹਿਣ ਮੁਤਾਬਕ ਤੁਹਾਡੇ ਨਾਲ ਠੱਗੀ ਵਜੀ ਹੈ ਫਿਰ ਵੀ ਜਥੇਵੰਦੀ ਹੀ ਪੋਲੀਟੀਕਲ ਕਿਉਂ ਨਹੀਂ ਹੋ ਜਾਂਦੀ ਤੁਹਾਡੇ ਵਿੱਚ ਉਹ ਹੀ ਚੰਗੇ ਬੰਦੇ ਚੁਣ ਕੇ ਕਿਉਂ ਲੋਕਾਂ ਦੀ ਨੁਮਾਇੰਦਗੀ ਕਰਦੇ ਹੈਗੇ ਤੁਸੀਂ ਵਿਰੋਧ ਦੇ ਵਿੱਚ ਰਹਿ ਕੇ ਵੀ ਤਾਂ ਕਰ ਰਹੇ ਹੋ ਸੱਤਾ ਦੇ ਵਿੱਚ ਰਹਿ ਕੇ ਜ਼ਿਆਦਾ ਫੈਸਲੇ ਚੰਗੇ ਲੈ ਸਕਦੇ ਹੋ ਚੰਗਾ ਪੱਕੀ ਨੂੰ ਕਹਿ ਸਕਦੇ ਆ ਇਹਨਾਂ ਨੂੰ ਵੀ ਹੁਣ ਚੰਗੇ ਕਿਹਾ ਸੀਗਾ ਇਹ ਮੰਨ ਲਓ ਜਿਵੇਂ ਤੁਹਾਡੇ ਪ੍ਰਧਾਨ ਜੁਗਿੰਦਰ ਸਿੰਘ ਗੁਰਾਹਾਂ ਨੇ ਉਹ ਮੁੱਖ ਮੰਤਰੀ ਬਣ ਜਾਂਦੇ ਨੇ ਪੰਜਾਬ ਦੇ ਤਾਂ ਤੁਹਾਨੂੰ ਉਮੀਦ ਹੈ ਕਿ ਇਹਨਾਂ ਨਾਲੋਂ ਵਧੀਆ ਕਰਨਗੇ ਜੇਕਰ ਉਮੀਦ ਹੈ ਇਹਨਾਂ ਨਾਲੋਂ ਵਧੀਆ ਕਰਨਗੇ ਫਿਰ ਇਸ ਪਾਸੇ ਕਿਉਂ ਨਹੀਂ ਜਥੇਵੰਦੀ ਤੁਰਦੀ ਨਹੀਂ ਜੀ ਇਹ ਨਹੀਂ ਹੋ ਸਕਦਾ ਇਹ ਕੋਈ ਵੀ ਸਰਕਾਰ ਬਣ ਜੇ ਉਹਨੇ ਕੇਂਦਰ ਦੇ ਥੱਲੇ ਹੋ ਕੇ ਚੱਲਣਾ ਉਹਦੀਆਂ ਮੰਗਾਂ ਹੀ ਨਹੀਂ ਪੂਰੀਆਂ ਹੋ ਸਕਦੀਆਂ ਹੁਣ ਆਪਣੇ ਮੋਦੀ ਨੇ ਉਥੇ ਜਿਹੜੀਆਂ ਮੰਗਾਂ ਮੰਨੀਆਂ ਕੀ ਪੂਰੀਆਂ ਕਰਤੀਆਂ ਸਾਡੀਆਂ ਉਹ ਮਤਲਬ ਜਿਹੜੀ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਬਣਦੀ ਹੈ ਕਿਸੇ ਪਾਰਟੀ ਦੀ ਉਹ ਕੇਂਦਰ ਦੀ ਗੁਲਾਮ ਹੈ ਨਹੀਂ ਵੋਟਾਂ ਨਾਲ ਆ ਹੀ ਨਹੀਂ ਸਕਦੀ ਤਬਦੀਲੀ ਨਹੀਂ ਆ ਸਕਦੀ ਵੋਟਾਂ ਨਾਲ ਇਹ ਤਾਂ ਲੋਕਾਂ ਨੂੰ ਲੜ ਕੇ ਤਬਦੀਲੀ ਲਿਆਉਣੀ ਪੈਣੀ ਹੈ। ਇਹੀ ਗੱਲ ਉਹ ਸਿੱਖਾਂ ਦਾ ਇੱਕ ਧੜਾ ਕਹਿੰਦਾ ਅਮਰਤਪਾਲ ਉਹ ਵੀ ਕਹਿੰਦੇ ਕਿ ਸਿਰ ਦੇਣੇ ਪੈਣੇ ਆ ਸਿੱਖ ਪੰਜਾਬ ਦੇ ਵਿੱਚ ਗੁਲਾਮ ਹੈ ਵੋਟਾਂ ਨਾਲ ਕੁਝ ਨਹੀਂ ਹੋਣਾ ਹੈਗਾ ਅਮਰਤਪਾਲ ਬਾਰੇ ਕੀ ਵਿਚਾਰ ਹੈ? ਸਿਰ ਸਿਰ ਦਿੱਤੇ ਨਹੀਂ ਅੱਗੇ ਅਸੀਂ ਦਿੱਲੀ ਸਿਰ ਦੇ ਕੇ ਆਏ ਆ ਉੱਥੇ। ਹਾਂ ਅਸੀਂ ਕਿਹੜਾ ਦਿੱਲੀ ਸਿਰ ਦਿੱਤੇ ਆ ਉਹਨਾਂ ਨੇ ਇੱਕ ਦੋ ਸਿਰ ਦੇਤੇ ਆ। ਜਨਰਲ ਦਾ ਦਿਮਾਗ ਇਹੋ ਜਿਹਾ ਹੈ ਅਸੀਂ ਕੋਈ ਸਿਹਤ ਨਹੀਂ ਦਿੱਤਾਗਾ ਅਸੀਂ ਜਿਹੜੇ ਆਪਦੀ ਮੌਤ ਮਰ ਗਏ ਆ 750 ਬੰਦਾ ਉਹ ਜਰੂਰ ਮਰ ਗਿਆ ਪਰ ਅਹੀ ਕੋਈ ਇੱਕ ਸ਼ਰਤ ਦਿੱਤੇ ਤੋਂ ਬਿਨਾ ਐਡੀ ਜੰਗ ਜਿੱਤ ਕੇ ਆਏ ਆ ਜੀ ਪਰ ਇਹ ਵੀ ਇੱਕ ਗੱਲ ਹੈ ਕਿ ਆਖਰ ਸੰਘਰਸ਼ ਵੀ ਕਦੋਂ ਤੱਕ ਕਰਦੇ ਰਹਾਂਗੇ 1947 ਤੋਂ ਜੇਕਰ ਦੇਸ਼ ਆਜ਼ਾਦੀ ਤੋਂ ਬਾਅਦ ਦੀ ਗੱਲ ਕਰੀਏ ਹਰ ਫੈਸਲਾ ਆਮ ਜਨਤਾ ਨੂੰ ਸੰਘਰਸ਼ ਦੇ ਰਾਹੀਂ ਹੀ ਲਾਗੂ ਕਰਵਾਉਣਾ ਪੈਂਦਾ ਉਹਦੇ ਵਿੱਚ ਧਨ ਦਾ ਬੇਨੁਕਸਾਨ ਹੁੰਦਾ ਧਨ ਦਾ ਬੇਨੁਕਸਾਨ ਹੁੰਦਾ ਸਭ ਕੱਸ ਦਾ ਨੁਕਸਾਨ ਹੁੰਦਾ ਫਿਰ ਵੀ ਸੰਘਰਸ਼ ਕਰਦੇ ਕਦੋਂ ਤੱਕ ਕਰਾਂਗੇ ਇਹ ਤਾਂ ਫਿਰ ਉਹ ਹੋ ਜਾਊਗਾ ਕਿ ਜਦੋਂ ਤੱਕ ਸਰਕਾਰਾਂ ਬਣਦੀਆਂ ਰਹਿਣਗੀਆਂ ਲੋਕ ਵੋਟਾਂ ਪਾਉਂਦੇ ਰਹਿਣਗੇ ਉਸ ਉਲਟ ਹੁੰਦੇ ਰਹਿਣਗੇ ਤੇ ਫਿਰ ਲੋਕ ਸੜਕਾਂ ਤੇ ਆਉਂਦੇ ਰਹਿਣਗੇ ਨਹੀਂ ਜੀ ਇਹ ਜਿਹੜੀ ਜ਼ ਸਾਡਾ ਅਬਜ਼ੁਰਗ ਕਾਮਰੇਡ ਰਿਆ ਉਹ ਸਰਪੰਚੀ ਵੀ ਕੀਤੀ ਆ ਉਹ ਆ ਜਿਹੜੀ ਮਾਨਸਾ ਦੀ ਲੜਾਈ ਇੱਧਰ ਚੱਲਦੀ ਸੀਗੀ ਆਹ ਜਮੀਨੀ ਕੋਲ ਦੀ ਉਹਦੇ 'ਚ ਰਹੇ ਆ ਅਸੀਂ ਤਾਂ ਪਿਓ ਦਾਦਿਆਂ ਤੋਂ ਬਾਬੇ ਨਾਨਕ ਤੋਂ ਲੈ ਕੇ ਲੜਾਈਆਂ ਲੜਦੇ ਆਉਨੇ ਆ ਤੇ ਇਹ ਤਾਂ ਫੇਰ ਹੀ ਦੁਜਾ ਜਿੱਤਿਆ ਜਾਣਾ ਲੋਕਾਂ ਨਾਲ ਲੜ ਕੇ ਆਪਦੇ ਹੱਕ ਲੈ ਜਾਣੇ ਆ ਤੇ ਸਰਕਾਰਾਂ ਉਹ ਗ੍ਰਾਹਾਂ ਜਿੱਥੇ ਬੰਦੇ ਨੂੰ ਕਾਮਰੇਡ ਜਿੱਥੇ ਬੰਦੀ ਮੰਨਿਆ ਜਾਂਦਾ ਕਿ ਸਿੱਖਾਂ ਦੇ ਖਿਲਾਫ ਨੇ ਉਹ ਤਾਂ ਜੀ ਅਸੀਂ ਤਾਂ ਸਭ ਧਰਮਾਂ ਦਾ ਸਤਿਕਾਰ ਕਰਦੇ ਆਂ ਕੁਈ ਮੁਸਲਮਾਨ ਵੀ ਸਾਡੀ ਜਥੇਬੰਦੀ ਚ ਹਿੰਦੂ ਵੀ ਆ ਰਸਾਈ ਵੀ ਆ ਸਿੱਖ ਵੀ ਆ ਜੇ ਹੁਣ ਅਸੀਂ ਕਵਾਂਗੇ ਇੱਥੇ ਸਿੱਖਾਂ ਦਾ ਨਾਅਰਾ ਲਾਵਾਂਗੇ ਦੂਜੇ ਕਹਿਣਗੇ ਵੀ ਸਾਡਾ ਕਿਉਂ ਨਹੀਂ ਲਾਉਂਦੇ ਤੁਸੀਂ ਹੈਨਾ ਉਹ ਚ ਵੰਡ ਪੈਂਦੀ ਆ ਉਹ ਚੀਜ਼ ਚ ਸੋ ਦੋਸਤੋ ਸਾਡਾ ਜੀ ਅਸੀਂ ਤੁਹਾਡੇ ਨਾਲ ਇੱਥੇ ਸੰਗਰੂਰ ਤੋਂ ਤੁਹਾਨੂੰ ਦਿਖਾ ਰਹੇ ਸੀ ਕਿ ਬਜ਼ੁਰਗ ਨੇ ਇਹ ਦੁਪਹਿਰ ਦੀ ਤਿਆਰੀ ਕਰ ਰਹੇ ਨੇ ਆਪਣੀ ਰੋਟੀ ਸਬਜ਼ੀ ਬਣਾਉਣ ਦੇ ਲਈ ਕਹਿੰਦੇ ਸੀ ਕਿ ਘਰੇ ਵੀ ਕਰਦੇ ਹੁੰਦੇ ਆ ਕਿ ਇੱਥੇ ਕਿਹੜਾ ਸਾਡਾ ਕੋਈ ਆਹ ਨਵਾਂ ਕੰਮ ਹੈ ਨਹੀਂ ਤੇ ਭਗਵੰਤ ਮਾਨ ਨੂੰ ਸਾਡੀ ਚੇਤਾਵਨੀ ਹੈ ਸਾਡੀਆਂ ਮੰਗਾ ਮੰਨੇ ਨਹੀਂ ਅਸੀਂ ਅਣ ਮਿੱਥੇ ਸਮਝਣ ਲਈ ਸੜਕਾਂ ਤੇ ਬੈਠੇ ਰਹਾਂਗੇ